ਭਗਵੰਤ ਮਾਨ ਦੇ ਖਾਸ ਦੋਸਤ ਕਰਮਜੀਤ ਅਨਮੋਲ ਜਿਹੜੇ ਕਿ ਫਰੀਦਕੋਟ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਉਹਨਾਂ ਦੇ ਉੱਤੇ ਹੁਣ ਉਂਗਲਾਂ ਚੱਕੀਆਂ ਜਾ ਰਹੀਆਂ ਨੇ, ਉਹਨਾਂ ਦੇ ਉੱਤੇ ਸਵਾਲ ਖੜ੍ਹੇ ਹੋਣ ਲੱਗ ਗਏ ਨੇ। ਹਾਲ ਹੀ ਦੇ ਵਿੱਚ ਕਾਫੀ ਵਿਵਾਦ ਖੜ੍ਹਾ ਹੋਇਆ ਸੀ ਇੱਕ ਮੁੱਦੇ ਨੂੰ ਲੈ ਕੇ, ਜਿਸ ਦੇ ਵਿੱਚ ਗਾਇਕ ਅੰਮ੍ਰਿਤ ਮਾਨ ਦਾ ਨਾਮ ਆਇਆ ਸੀ, ਉਹਨਾਂ ਦੇ ਪਿਤਾ ਦਾ ਨਾਮ ਆਇਆ ਸੀ, ਜਿਹਦੇ ਵਿੱਚ ਜਾਲੀ ਜਾਤੀ ਸਰਟੀਫਿਕੇਟ ਬਣਾ ਕੇ ਅਤੇ SC ਸਰਟੀਫਿਕੇਟ ਬਣਾ ਕੇ ਨੌਕਰੀ ਲਈ ਗਈ ਸੀ। ਖੈਰ, ਉਸੇ ਨੂੰ ਲੈ ਕੇ ਇੱਕ ਹੋਰ ਵਿਵਾਦ ਖੜ੍ਹਾ ਹੋ ਗਿਆ। ਕਰਮਜੀਤ ਅਨਮੋਲ ਦੇ ਉੱਤੇ ਇਲਜ਼ਾਮ ਨੇ ਕਿ ਉਹਨਾਂ ਨੇ ਵੀ ਇੱਕ ਜਾਲੀ ਸਰਟੀਫਿਕੇਟ ਬਣਾਇਆ ਆਪਣੀ ਜਾਤੀ ਦਾ, ਜਿਸ ਆਧਾਰ ਦੇ ਉੱਤੇ ਫਰੀਦਕੋਟ ਦੀ ਜਿਹੜੀ SC ਸੀਟ ਹੈ ਉਸ ਉੱਤੇ ਕਰਮਜੀਤ ਅਨਮੋਲ ਜਿਹੜੇ ਨੇ ਉਹ ਹੁਣ ਉਮੀਦਵਾਰ ਚੁਣੇ ਗਏ ਨੇ। ਇਲਜ਼ਾਮ ਲਗਾਇਆ ਗਿਆ ਹੈ ਕਿ ਕਰਮਜੀਤ ਅਨਮੋਲ ਜਿਹੜੇ ਨੇ ਉਹ ਮਰਾਸੀ ਜਾਤੀ ਦੇ ਨਾਲ ਤਾਲੁਕ ਰੱਖਦੇ ਨੇ, ਜਦਕਿ ਮਰਾਸੀ ਜਾਤੀ ਜਿਹੜੀ OBC ਕੈਟੇਗਰੀ ਦੇ ਵਿੱਚ ਪਛੜੀਆਂ ਸ਼੍ਰੇਣੀਆਂ ਦੇ ਅੰਦਰ ਆਉਂਦੀ ਹੈ। ਖੈਰ, ਦੂਜੇ ਪਾਸੇ ਇਸ ਸੀਟ ਉੱਤੇ ਚੋਣ ਲੜਨ ਦੇ ਵਾਸਤੇ ਕਰਮਜੀਤ ਅਨਮੋਲ ਦਾ ਇੱਕ ਝੂਠਾ ਸਰਟੀਫਿਕੇਟ ਬਣਾਇਆ ਗਿਆ, ਇਹ ਇਲਜ਼ਾਮ ਲਾਏ ਗਏ ਨੇ। ਇਸ ਮਾਮਲੇ ਨੂੰ ਲੈ ਕੇ ਇਲਜ਼ਾਮ ਲਗਾਉਣ ਵਾਲੇ ਵਿਅਕਤੀ ਨੇ ਕਰਮਜੀਤ ਅਨਮੋਲ ਦੇ ਸਕੂਲਾਂ ਦੇ ਡਾਕੂਮੈਂਟਸ ਫਰੋਲੇ ਨੇ। ਸਕੂਲ ਦੇ ਵਿੱਚ, ਸਰਕਾਰੀ ਸਕੂਲ ਦੇ ਵਿੱਚ, ਜਲਾਲ ਸਰਕਾਰੀ ਸਕੂਲ ਜਿਹੜਾ ਸੀਗਾ, ਜਿਹੜਾ ਹੁਣ ਸੀਨੀਅਰ ਸੈਕੰਡਰੀ ਸਕੂਲ ਬਣਾ ਦਿੱਤਾ ਗਿਆ, ਉਸ ਦੇ ਡਾਕੂਮੈਂਟਸ ਫਰੋਲੇ ਨੇ। ਉਹਨਾਂ ਦਾ ਰਜਿਸਟ੍ਰੇਸ਼ਨ ਨੰਬਰ ਕੱਢ ਲਿਆ ਆ, 1984 ਤੋਂ 88 ਤੱਕ ਦੇ ਸਾਰੇ ਕਾਗਜ਼ਾਤ ਕੱਢ ਲਿਆਏ ਨੇ, ਔਰ ਨਾਲ ਦੀ ਨਾਲ ਇਸ ਉੱਤੇ ਲਿਖੀ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਸਾਂਝੀ ਕੀਤੀ। ਉਹਨਾਂ ਨੇ ਕਿਹਾ ਹੈ ਕਿ ਮਰਾਸੀ ਜਾਤੀ ਨਾਲ ਤਾਲੁਕ ਰੱਖਣ ਵਾਲੇ ਕਰਮਜੀਤ ਅਨਮੋਲ ਅਚਾਨਕ SC ਕਿਵੇਂ ਬਣ ਗਏ, ਜਦਕਿ ਮਰਾਸੀ ਜਾਤੀ ਜਿਹੜੀ ਆ ਉਹ OBC ਦੇ ਵਿੱਚ ਪਛੜੀਆਂ ਸ਼੍ਰੇਣੀਆਂ ਦਾ ਇੱਕ ਹਿੱਸਾ ਆ, ਔਰ ਦੂਜੇ ਪਾਸੇ ਫਰੀਦਕੋਟ ਦੀ SC ਸੀਟ ਦੇ ਉੱਤੇ ਕਰਮਜੀਤ ਅਨਮੋਲ ਜਿਹੜੇ ਨੇ ਨੇਤਰ ਆਏ ਨੇ। ਔਰ ਇਹ ਵੀ ਇਲਜ਼ਾਮ ਲਾਇਆ ਕਿ ਝੂਠਾ ਸਰਟੀਫਿਕੇਟ ਬਣਾਇਆ ਗਿਆ ਡੋਮ ਜਾਤੀ ਦਾ, ਔਰ ਇਸ ਸਰਟੀਫਿਕੇਟ ਦੇ ਆਧਾਰ ਦੇ ਉੱਤੇ ਕਰਮਜੀਤ ਅਨਮੋਲ ਜਿਹੜੇ ਨੇ ਉਹ ਉਮੀਦਵਾਰ ਹੁਣ ਇਹ ਲਾਣੇ ਗਏ ਨੇ। ਵੱਡਾ ਇਲਜ਼ਾਮ ਲਗਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਉੱਤੇ। ਫਰੀਦਕੋਟ ਸੀਟ ਦੇ ਉੱਤੇ ਕਰਮਜੀਤ ਅਨਮੋਲ ਦਾ ਆਉਣਾ ਆਪਣੇ ਆਪ ਦੇ ਵਿੱਚ ਇਤਿਹਾਸਕ ਸੀਗਾ। ਹਰ ਕੋਈ ਇਹ ਸੋਚ ਰਿਹਾ ਸੀ ਕਿ ਜੀ ਇਹ ਸੀਟ ਜਿਹੜੀ ਹੈ ਹੁਣ ਕਰਮਜੀਤ ਅਨਮੋਲ ਦੇ ਲੇਖੇ ਲੱਗੀ ਸਮਝੋ, ਪਰ ਇੱਥੇ ਆਣ ਕੇ ਇੱਕ ਹੋਰ ਵਿਵਾਦ ਖੜ੍ਹਾ ਹੋ ਗਿਆ। ਕਰਮਜੀਤ ਅਨਮੋਲ ਦੇ ਉੱਤੇ ਵੱਡੇ ਇਲਜ਼ਾਮ ਨੇ, ਉਹਨਾਂ ਦੀ ਜਾਤੀ ਨੂੰ ਲੈ ਕੇ ਵੱਡੇ ਇਲਜ਼ਾਮ ਨੇ, ਔਰ ਇਲੈਕਸ਼ਨ ਕਮਿਸ਼ਨ ਦੇ ਉੱਤੇ ਵੱਡੇ ਇਲਜ਼ਾਮ ਨੇ ਕਿ ਇਲੈਕਸ਼ਨ ਕਮਿਸ਼ਨ ਨੇ ਇਸ ਗੱਲ ਦੀ ਘੋਖ ਨਹੀਂ ਕੀਤੀ ਜਾਂ ਇਲੈਕਸ਼ਨ ਕਮਿਸ਼ਨ ਦੇ ਨਾਲ ਧੋਖਾਧੜੀ ਕੀਤੀ ਗਈ ਹੈ। ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕਰਮਜੀਤ ਅਨਮੋਲ ਜਾਂ ਫਿਰ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਕਮਿਸ਼ਨ ਦੇ ਨਾਲ ਧੋਖਾਧੜੀ ਕੀਤੀ ਹੈ, ਜਾਣ ਬੁੱਝ ਕੇ ਸਰਟੀਫਿਕੇਟਸ ਲਗਾ ਕੇ, ਅਤੇ ਕਰਮਜੀਤ ਅਨਮੋਲ ਨੂੰ ਚੋਣ ਲੜਾਈ ਜਾ ਰਹੀ ਹੈ। ਖੈਰ, ਇਹਨਾਂ ਮਸਲਿਆਂ ਨੂੰ ਲੈ ਕੇ ਵੱਖ ਵੱਖ ਸਵਾਲ ਜ਼ਰੂਰ ਖੜ੍ਹੇ ਹੁੰਦੇ ਨੇ, ਪਰ ਜੋ ਗੱਲਾਂ ਇਸ ਵਿਅਕਤੀ ਨੇ ਦੱਸੀਆਂ ਨੇ, ਜਿਹਨੇ ਖੁਲਾਸਾ ਕੀਤਾ, ਉਹ ਸੁਣ ਲੈਂਦੇ ਹਾਂ। ਅੱਜ ਦਾ ਜਿਹੜਾ ਮਹੱਤਵਪੂਰਨ ਮੁੱਦਾ ਇਹ ਹੈ ਕਿ ਕਰਮਜੀਤ ਅਨਮੋਲ ਜੋ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਹਲਕਾ ਫਰੀਦਕੋਟ ਤੋਂ, ਉਹ ਇੱਕ ਨਾਮਵਰ ਸਵਰਗਵਾਸੀ ਕਲਾਕਾਰ ਕੁਲਦੀਪ ਮਾਣਕ ਦਾ ਭਾਣਜਾ, ਸਕਾ ਭਾਣਜਾ। ਇਹਨੇ ਆਪਣੀ ਸਾਰੀ ਪੜ੍ਹਾਈ, ਮਤਲਬ 6ਵੀਂ ਤੋਂ ਲੈ ਕੇ 9ਵੀਂ ਤੱਕ, ਸਰਕਾਰੀ ਹਾਈ ਸਕੂਲ ਜਲਾਲ, ਜਿਹੜਾ ਕਿ ਹੁਣ ਸੀਨੀਅਰ ਸੈਕੰਡਰੀ ਸਕੂਲ ਹੈ, ਉੱਥੇ ਪ੍ਰਾਪਤ ਕੀਤੀ। ਦੇਖੋ, ਸਕੂਲ ਰਿਕਾਰਡ ਹੈ ਜਿਹੜਾ ਸਭ ਤੋਂ ਇੰਪੋਰਟੈਂਟ ਡਾਕੂਮੈਂਟ ਹੁੰਦਾ ਹੈ। ਕਿਸੇ ਵੀ ਕਿਸਮ ਦੀ ਅਸੀਂ ਕੋਈ ਸਰਕਾਰੀ ਗੈਰ ਸਰਕਾਰੀ ਸਹੂਲਤ ਲੈਣੀ ਹੈ, ਕੋਈ ਬੀਮਾ ਕਰਾਉਣਾ, ਕੋਈ ਨੌਕਰੀ ਲੈਣੀ ਹੈ, ਤਾਂ ਉਹਦੇ ਵਿੱਚ ਜੋ ਜਨਮ ਤਰੀਕ ਲਿਖੀ ਹੁੰਦੀ ਹੈ, ਜਾਤ ਲਿਖੀ ਹੁੰਦੀ ਹੈ, ਕੈਟਾਗਰੀ ਲਿਖੀ ਹੁੰਦੀ ਹੈ, ਉਹਦੇ ਅਨੁਸਾਰ ਸਾਨੂੰ ਕੋਈ ਲਾਭ ਮਿਲਦਾ। ਸੋ ਇਹਨੇ 6ਵੀਂ ਤੋਂ 9ਵੀਂ ਤੱਕ ਜੋ ਸਰਕਾਰੀ ਹਾਈ ਸਕੂਲ ਜਲਾਲ ਵਿੱਚ ਵਿੱਦਿਆ ਪ੍ਰਾਪਤ ਕੀਤੀ ਹੈ, ਜਿਹੜਾ ਮਿਡਲ ਸਕੂਲ ਦਾ ਦਾਖਲਾ ਨੰਬਰ ਹੈ 2283 ਮਿਡਲ ਸਕੂਲ ਦਾ ਦਾਖਲਾ ਨੰਬਰ ਹੈ ਜੀ। ਔਰ ਇਹਦੇ ਵਿੱਚ ਇਹ 1 ਅਗਸਤ 1984 ਚ ਦਾਖਲ ਹੋਏ 6ਵੀਂ ਚ। ਹਾਈ ਵਿਭਾਗ ਦੇ ਵਿੱਚ 1616 ਨੰਬਰ ਦਾਖਲਾ ਖਾਰਜ ਰਜਿਸਟਰ ਹੈ, ਔਰ ਇਹ 5588 ਚ ਦਾਖਲ ਹੋਏ ਆ।
ਔਰ ਦਾਖਲਾ ਖਾਰਜ ਦੇ ਵਿੱਚ ਲਿਖਿਆ ਹੋਇਆ ਬਕਾਇਦਾ ਕਿ ਇਹ ਮਰਾਸੀ ਜਾਤੀ ਨਾਲ ਸੰਬੰਧਿਤ ਹੈ। ਆਹ ਦੇਖੋ, ਇਹ ਮਰਾਸੀ ਜਾਤੀ ਨਾਲ ਸੰਬੰਧਿਤ ਹੈ ਔਰ ਮਰਾਸੀ ਜਾਤੀ ਪੰਜਾਬ ਦੇ ਜਾਤੀਆਂ ਦੇ ਗਜਟ ਦੇ ਵਿੱਚ OBC ਦੇ ਵਿੱਚ ਪਛੜੀ ਸ਼੍ਰੇਣੀ ਗਿਣੀ ਜਾਂਦੀ ਹੈ, 51 ਨੰਬਰ ਤੇ ਹੈ। ਇਹਨਾਂ ਨੇ ਫਰੀਦਕੋਟ ਰਾਖਵਾਂ ਹਲਕੇ ਤੋਂ ਇਲੈਕਸ਼ਨ ਲੜਨ ਵਾਸਤੇ ਇੱਕ ਫਰਜ਼ੀ ਡੂਮ ਜਾਤੀ ਦਾ ਸਰਟੀਫਿਕੇਟ ਬਣਾਇਆ, ਜਾਲੀ ਡੂਮ ਜਾਤੀ ਦਾ ਸਰਟੀਫਿਕੇਟ ਬਣਾਇਆ। ਇਹ ਅਨੁਸੂਚਿਤ ਜਾਤੀ ਦੀ ਲਿਸਟ ਹੈ ਔਰ ਡੂਮ ਜਾਤੀ ਦਾ ਸਰਟੀਫਿਕੇਟ ਬਣਾ ਕੇ ਇਹਨਾਂ ਨੇ 14 ਮਈ 2024 ਨੂੰ ਰਿਟਰਨਿੰਗ ਅਫਸਰ ਫਰੀਦਕੋਟ ਨੂੰ ਆਪਣੀ ਫਾਈਲ ਦਰਜ ਕਰਾਈ ਔਰ 15 ਤਰੀਕ ਨੂੰ ਅਸੀਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਇਹ ਸ਼ਿਕਾਇਤ ਕੀਤੀ ਕਿ ਇਹ ਜਿਹੜੀ ਮਰਾਸੀ ਜਾਤ ਹੈ ਇਹ ਪਛੜੀਆਂ ਸ਼੍ਰੇਣੀਆਂ ਦਾ 51 ਨੰਬਰ ਤੇ ਪੰਜਾਬ ਦੇ ਗਜਟ 'ਚ ਹੈ, ਸ਼ਡਿਊਲਡ ਕਾਸਟ ਨਹੀਂ ਹੈ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।